ਤੇ ਉਧਰ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵੱਲੋਂ ਵੀ ਡੋਪ ਟੈਸਟ ਕਰਵਾਇਆ ਗਿਆ, ਇਸ 'ਚੋਂ ਸੁਰਖਰੂ ਹੋ ਕੇ ਨਿਕਲੇ, ਜਿਸ ਦੇ ਬਾਅਦ ਉਹਨਾਂ ਆਖਿਆ ਕਿ ਉਹ ਪੰਜਾਬ ਦੇ ਤਮਾਮ ਟੌਪ ਦੇ ਵਿਧਾਇਕਾਂ ਵਿੱਚੋਂ ਹੋਣਾ ਚਾਹੁੰਦੇ ਸਨ ਜੋ ਆਪਣੇ ਡੋਪ ਟੈਸਟ ਕਰਾ ਕੇ ਨੌਜਵਾਨਾਂ ਨੂੰ ਇੱਕ ਸਹੀ ਤੇ ਸਾਰਥਿਕ ਸੁਨੇਹਾ ਦੇ ਸਕਣ। ਉਹਨਾਂ ਆਖਿਆ ਕਿ ਉਹਨਾਂ ਦੇ ਅੰਗ ਰੱਖਿਅਕਾਂ ਵੱਲੋਂ ਵੀ ਡੋਪ ਟੈਸਟ ਕਰਵਾਇਆ ਗਿਆ ਤੇ ਸਾਰੇ ਸੁਰਖਰੂ ਹੋ ਕੇ ਨਿਕਲੇ ਨੇ, ਜਿਨ੍ਹਾਂ ਪੰਜਾਬ ਦੀ ਜਵਾਨੀ ਨੂੰ ਸਹੀ ਸੁਨੇਹਾ ਤੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਨਾਲ ਜਿਹੜੀ ਹੈ ਕੀ ਬਠਿੰਡਾ ਜ਼ਿਲ੍ਹੇ ਦੀ ਟੀਮ ਆਈ ਹੋਈ ਹੈ? ਨਹੀਂ, ਮੇਰੇ ਨਾਲ ਬਠਿੰਡਾ ਜ਼ਿਲ੍ਹੇ ਦੀ ਟੀਮ ਉਹ ਨਾਲ ਆਈ ਹੋਈ ਹੈ ਵੈਸੇ, ਅਤੇ ਮੈਂ ਆਪਦੇ ਮੌੜ ਹਲਕੇ ਤੋਂ ਮੇਰੇ ਜਿਹੜੇ ਸਾਥੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਾਡੇ ਅਹੁਦੇਦਾਰ ਹੈ ਉਹ ਨਾਲ ਆਏ ਹੋਏ ਆ ਮੇਰੇ, ਅਤੇ ਮੇਰੇ ਜਿਹੜੇ ਅੰਗ ਰੱਖਿਅਕ ਮੁੰਡੇ ਆ ਪੁਲਿਸ ਵਾਲੇ ਵੀ, ਜਿਹੜੇ ਮੇਰੇ ਚਾਰ ਹੈਗੇ ਆ ਬੋਡੀਗਾਰਡ, ਉਹ ਵੀ ਚਾਰੇ ਟੈਸਟ ਕਰਾਉਣ ਵਾਸਤੇ ਆਏ ਸੀ, ਅਤੇ ਹੋਰ ਵੀ ਕਾਫੀ ਤਕਰੀਬਨ ਅਸੀਂ 12-13 ਬੰਦੇ ਸੀ, ਜਿਹੜੇ ਚਾਰ ਉਹਨਾਂ 'ਚ ਪੁਲਿਸ ਮੁਲਾਜ਼ਮ ਮੇਰਾ BA, ਚਾਰ 7-8 ਸਾਡੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਸੀ ਮੇਰੇ ਨਾਲ ਸਾਡੀ ਕੰਸਟੀਚੁਐਂਸੀ ਤੋਂ, ਉਹ ਸਾਰੇ ਅਸੀਂ ਅੱਜ ਕੱਲ੍ਹ ਫੈਸਲਾ ਕੀਤਾ ਸੀ, ਅਤੇ ਕੱਲ੍ਹ ਵੀ ਅਸੀਂ ਕੋਸ਼ਿਸ਼ ਕੀਤੀ ਸੀ ਆਉਣ ਦੀ ਇੱਥੇ, ਅਤੇ ਕੱਲ੍ਹ ਮੈਂ ਤਲਵੰਡੀ ਸਾਹਿਬ ਗਿਆ ਪਹਿਲਾਂ, ਅਤੇ ਜਦੋਂ ਮੈਨੂੰ ਪਤਾ ਲੱਗਿਆ ਤਲਵੰਡੀ ਸਾਹਿਬ ਉਹਦੇ ਵੀ ਇੱਥੇ ਟੈਸਟ ਹੁੰਦਾ ਨਹੀਂ, ਫਿਰ ਮੈਂ CMO ਸਾਹਿਬ ਨੂੰ ਇੱਥੇ ਰਿਕੁਐਸਟ ਕੀਤੀ, ਇਹਾਂ ਦੇ ਵੀ ਇਹਨਾਂ ਨੇ SMO ਸਾਹਿਬ ਦਾ ਜਿਹੜੇ ਇਹ ਡੋਪ ਟੈਸਟ ਕਰਦੇ ਨੇ ਸਤੀਸ਼ ਗੋਇਲ ਜੀ, ਇਹਨਾਂ ਦਾ ਨੰਬਰ ਦਿੱਤਾ, ਇਹਨਾਂ ਨਾਲ ਗੱਲ ਕੀਤੀ ਤਾਂ ਇਹ ਕਹਿੰਦੇ ਵੀ ਕੁਛ ਦਿਨ ਰੱਖੇ ਹੋਏ ਅਸੀਂ 3 ਦਿਨਾਂ ਕਰਦੇ ਹਾਂ ਅਸੀਂ ਡੋਪ ਟੈਸਟ। ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਐਮਰਜੈਂਸੀ ਹੋ ਜਾਏ ਜਾਂ ਕਿਸੇ ਦਾ ਕਰਾਉਣਾ ਹੋਵੇ ਵੀ ਇਹ ਨਸ਼ੇ 'ਚ ਹੈ ਜਾਂ ਕੋਈ ਹੋਰ ਮਤਲਬ ਐਮਰਜੈਂਸੀ ਵੀ ਹੋ ਸਕਦੀ ਹੈ, ਇਹਦੇ ਵੀ ਹੁਣ ਟਾਈਮ ਸਵਾ ਦੋ ਹੋ ਗਏ ਸਾਰੇ ਸਾਡੇ ਜਿਹੜੇ ਮੁਲਾਜ਼ਮ ਛੁੱਟੀ ਕਰ ਗਏ ਹੋਣੇ, ਤੁਸੀਂ ਕੱਲ੍ਹ ਨੂੰ ਆਇਓ, ਇਸ ਕਰਕੇ ਅੱਜ ਅਸੀਂ ਸਾਰੇ ਡੋਪ ਟੈਸਟ ਕਰਾਉਣਾ ਹਾਂ, ਕਿਉਂਕਿ ਅੱਜ ਜਿਹੜਾ ਨਸ਼ਾ ਹੈ ਉਹ ਐਡਾ ਗੰਭੀਰ ਮਸਲਾ ਬਣ ਗਿਆ ਪੰਜਾਬ 'ਚ ਕਿ ਨਸ਼ਾ ਕਿਸੇ ਤਰ੍ਹਾਂ ਵੀ ਨਹੀਂ ਕਿਸੇ ਤਰ੍ਹਾਂ ਕੰਟਰੋਲ ਹੋ ਰਿਹਾ, ਉਹ 'ਚ ਬੇਸ਼ੱਕ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਨਸ਼ਾ, ਹੁਣ ਦੀਆਂ ਸਰਕਾਰਾਂ ਦੀ ਦੇਣ ਹੈ, ਪਰ ਅੱਜ ਜਿਹੜਾ ਨਸ਼ਾ ਹੈ ਉਹ ਇੱਥੋਂ ਤੱਕ ਗੰਭੀਰ ਮਸਲਾ ਬਣ ਗਿਆ ਕਿ ਸਾਡੇ ਨੌਜਵਾਨ ਦੇ ਸਿਰਿੰਜ ਹੁੰਦੀ ਹੈ, ਵੇਨ 'ਚ ਅੱਧਾ ਟੀਕਾ ਲੱਗਿਆ ਹੁੰਦਾ, ਉਹਦੀ ਮੌਤ ਹੋਈ ਵੀ ਹੁੰਦੀ ਹੈ, ਉਹਦੀ ਮਾਂ ਉਹਦੇ ਪਰਿਵਾਰ ਦੇ ਬੰਦੇ ਉੱਥੇ ਕੀਰਨੇ ਪਾ ਰਹੇ ਹੁੰਦੇ ਨੇ, ਬੜੇ ਦੁੱਖ ਦਾ ਸੀਨ ਹੈ।